ਹਲਕਾ ਖੇਮਕਰਨ ਦੇ ਪਿੰਡ ਸੂਰਵਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਕੁਲਦੀਪ ਸਿੰਘ ਵੱਲੋਂ ਪਿਛਲੇ 4 ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਕੀਤੇ ਕੰਮ ਦੇ ਪੈਸੇ ਨਾ ਪਾਉਣ ਅਤੇ ਪਿੰਡ ਦੇ ਵਿਕਾਸ ਦੇ ਕੰਮ ਰੋਕੇ ਜਾਣ ਦੇ ਇਲਜ਼ਾਮ ਮਹਿਕਮੇ ਉੱਤੇ ਲਗਾਏ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਪੰਚ ਕੁਲਦੀਪ ਸਿੰਘ ਸੂਰਵਿੰਡ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦੇ ਪਿੰਡ ਦੇ ਚੱਲਦੇ ਸਾਰੇ ਕੰਮ ਰੋਕ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਬਣ ਰਹੀ ਨਵੀਂ ਡਿਸਪੈਂਸਰੀ, ਕੁਝ ਨਵੀਆਂ ਗਲੀਆਂ, ਇੱਥੋਂ ਤੱਕ ਕਿ ਮਨਰੇਗਾ ਤਹਿਤ ਚੱਲਣ ਵਾਲੇ ਕੰਮ ਵੀ ਬੰਦ ਕਰ ਦਿੱਤੇ ਗਏ ਹਨ। ਉਹਨਾਂ ਨੇ ਪ੍ਰਸ਼ਾਸਨ ਤੇ ਦੋਸ਼ ਲਗਾਉਂਦੇ ਕਿਹਾ ਕਿ 4 ਮਹੀਨਿਆਂ ਪਹਿਲਾਂ ਮਨਰੇਗਾ ਤਹਿਤ ਜਿਨ੍ਹਾਂ ਮਜ਼ਦੂਰਾਂ ਨੇ ਕੰਮ ਕੀਤਾ ਸੀ ਉਹਨਾਂ ਦੇ ਵੀ ਪੈਸੇ ਪ੍ਰਸ਼ਾਸਨ ਨਹੀਂ ਪਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕੰਮ ਰੋਕ ਕੇ ਜਾਣ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿੰਡ ਦੇ ਵਸਨੀਕਾਂ ਵਿੱਚ ਕਾਫੀ ਰੋਸ ਹੈ। ਭਿੱਖੀ ਵਿੰਡ ਤੋਂ ਅੱਜ ਦੀ ਆਵਾਜ਼ ਲਈ ਜਗਦੇਵ ਸਮਰਾ ਅਤੇ ਮਨਜੀਤ ਸਿੰਘ ਦੀ ਰਿਪੋਰਟ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸੂਰਵਿੰਡ, ਜਿੱਥੇ ਕਿ ਨਰੇਗਾ ਮਜ਼ਦੂਰ ਔਰਤਾਂ ਬੰਦੇ ਜਿਨ੍ਹਾਂ ਨੇ ਪ੍ਰਸ਼ਾਸਨ ਜਾਂ ਆਪਣਾ ਸਰਕਾਰ ਦੇ ਕਰਿੰਦਿਆਂ 'ਤੇ ਇਲਜ਼ਾਮ ਲਗਾਏ ਹਨ ਕਿ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਦੀ ਜਿੰਨੀ ਵੀ ਉਹਨਾਂ ਦੀ ਮਿਹਨਤ ਦੀ ਨਰੇਗਾ ਦੀ ਪੇਮੈਂਟ ਹੈ ਉਹ ਰੋਕੀ ਗਈ ਹੈ, ਰੁਕੀ ਪਈ, ਉਹਨਾਂ ਨੂੰ ਮਿਲੀ ਨਹੀਂ ਆ, ਜਿਸ ਕਾਰਨ ਉਹਨਾਂ ਦੀ ਮਿਹਨਤ ਦੀ ਰਕਮ ਉਹਨਾਂ ਨੂੰ ਨਹੀਂ ਮਿਲ ਰਹੀ। ਆਓ ਇਸ ਸੰਬੰਧੀ ਸਾਰਾ ਮਸਲਾ ਕੀ ਆ ਪੁੱਛਦੇ ਹਾਂ, ਕੀ ਗੱਲ ਆ ਸਾਰੀ। ਅੱਛਾ, ਮਸਲਾ ਇਹ ਆ ਜੀ, ਮੇਰਾ ਪਿੰਡ ਸੂਰਵਿੰਡ ਹੈ, ਮੈਂ ਸਰਪੰਚ ਸੂਰਵਿੰਡ ਕੁਲਦੀਪ ਸਿੰਘ ਜੀ ਫੌਜੀ। ਮਸਲਾ ਇੱਦਾਂ ਜੀ, ਸਤੰਬਰ ਦੇ ਵਿੱਚ ਅੱਜ ਤੋਂ 4 ਮਹੀਨੇ ਪਹਿਲਾਂ ਪਿੰਡ ਦੇ ਵਿੱਚ ਨਰੇਗਾ ਦੇ ਤਹਿਤ ਕੰਮ ਕਰਵਾਇਆ ਸੀ, ਜਿਹਦੇ ਵਿੱਚ ਤਕਰੀਬਨ ਮੇਰੇ ਖਿਆਲ 60 ਦੇ ਕਰੀਬ ਸੀ ਮੇਰੀਆਂ ਭੈਣਾਂ। ਸਪੈਸ਼ਲੀ ਲੇਡੀਜ਼ ਤਾਂ ਲਈਆਂ ਸੀ ਕਿ ਬੰਦੇ ਬਾਹਰ ਜਾ ਕੇ ਕੰਮ ਕਰ ਸਕਦੇ ਆ, ਲੇਡੀਜ਼ ਪਿੰਡ ਦੇ ਵਿੱਚ ਕੰਮ ਆਰਾਮ ਨਾਲ ਕਰ ਸਕਦੇ, ਵੀ ਦੂਰ ਨਾ ਜਾਣਾ ਪਵੇ। ਉਹਦੇ ਵਿੱਚੋਂ ਸਿਰਫ ਇੱਕ 10 ਜਣਿਆਂ ਦੀ ਜਿਹੜੀ ਲੇਬਰ ਹੈ ਜੀ ਪਈ ਆ। ਉਸ ਤੋਂ ਬਾਅਦ ਮੈਂ ਵੀਡੀਓ ਸਾਹਿਬ ਕੋਲ ਤਕਰੀਬਨ 5-6 ਚੱਕਰ ਮਾਰਿਆ, ਮੈਡਮ ਨੇ ਅੱਛੇ ਨੇ ਉਹ ਨਾ ਨਹੀਂ ਕਰਦੇ ਕਿ ਪੈਸੇ ਕਹਿੰਦੇ ਪਾ ਦਿੰਦੇ ਹਾਂ ਜੀ। ਬਟ ਪ੍ਰੋਬਲਮ ਹੁਣ ਆਪਾਂ ਸਮਝ ਸਕਦੇ ਹਾਂ ਕਿ ਜਦੋਂ ਉਹਨਾਂ ਨਾਲ ਗੱਲ ਕਰੀਦੀ ਆ ਕਿ ਉੱਤੇ ਪ੍ਰੈਸ਼ਰ ਆ, ਇੱਕ ਰਾਜਨੀਤਿਕ ਪ੍ਰੈਸ਼ਰ ਆਪਾਂ ਕਹਿ ਸਕਦੇ ਹਾਂ। ਕੀ ਦੱਸਿਆ ਜਾ ਰਿਹਾ ਵੀ ਪੈਸੇ ਕਿਉਂ ਨਹੀਂ ਇਹਨਾਂ ਗਰੀਬਾਂ ਦੇ ਪੈ ਰਹੇ? ਰਾਜਨੀਤਿਕ ਪ੍ਰੈਸ਼ਰ ਵੀ ਭਾਜੀ, ਸਾਨੂੰ MLA ਸਾਹਿਬ ਨੇ ਪ੍ਰੋਪਰ ਮਨਾ ਕੀਤਾ ਕਿ ਸੂਰਵਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਣਾ, ਨਾ ਕਿਸੇ ਦੀ ਲੇਬਰ ਪੈਣੀ ਆ, ਕੁਛ ਨਹੀਂ ਕਰਨਾ ਜੀ। ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਸਾਰਿਆਂ ਦੇ ਪੈਸੇ ਪਾ ਰਹੇ ਹਾਂ, ਸਾਰਿਆਂ ਨੂੰ ਹੱਕ ਦੇ ਰਹੇ ਹਾਂ। ਦੇਖੋ ਜੀ, ਜਿਹੜਾ ਸਰਕਾਰ ਕਹਿ ਰਹੀ ਆ ਨਾ, ਉਹ ਕਿਤੇ ਨਾ ਕਿਤੇ ਜਾਂ ਤੇ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਤੇ ਜਾਂ ਸਰਕਾਰ ਨੇ ਜਾਣਬੁੱਝ ਕੇ ਆਪਣੀਆਂ ਅੱਖਾਂ ਤੇ ਪੱਟੀ ਬੰਨੀ ਆ। ਹੁਣ ਤੁਹਾਡੇ ਸਾਹਮਣੇ ਆ ਮੇਰੀਆਂ ਭੈਣਾਂ ਖਲੋਤੀਆਂ, ਕਿੱਥੇ ਹੁੰਦਾ ਨਾ ਵੀ ਸੁਣੀ ਸੁਣਾਈ ਗੱਲ ਕਰ ਦੇਣੀ, ਬਿਲਕੁਲ ਕਿਸੇ ਦਾ ਕੁਛ ਨਹੀਂ ਜੇ ਹੋ ਰਿਹਾ। ਸਾਡੇ ਪਿੰਡ ਸ਼ਮਸ਼ਾਨ ਘਾਟ ਨੀਹਾਂ ਭਰੀਆਂ ਨੇ, ਡਿਸਪੈਂਸਰੀ ਆ 6 ਪਿੰਡਾਂ ਦੀ, ਸਾਡੇ ਪਿੰਡ HWC ਹੈਲਥ ਵੈਲਨੈਸ ਸੈਂਟਰ, ਉਹਦੀਆਂ ਨੀਹਾਂ ਭਰੀਆਂ ਨੇ। ਉਹ ਜਦੋਂ ਦੀ ਸਰਕਾਰ ਬਦਲੀ ਆਉਂਦਾ ਉੱਥੇ ਹੀ ਕੰਮ ਰੁਕਿਆ ਵਾ। ਮੈਂ ਤੇ ਹੈਰਾਨ ਹਾਂ, ਇਹ ਬਦਲਾਵ ਇਹਨੂੰ ਕਹਿੰਦੇ? ਜੇ ਇਹਨੂੰ ਬਦਲਾਵ ਕਹਿੰਦੇ ਫਿਰ ਤੇ ਬਹੁਤ ਬੁਰਾ ਬਦਲਾਵ, ਇਦਾਂ ਦਾ ਬਦਲਾਵ ਕਦੇ ਹੋਣਾ ਹੀ ਨਹੀਂ ਚਾਹੀਦਾ। ਇਹ ਬਦਲਾਵ ਇਹਨਾਂ ਸਰਪੰਚ ਸਾਹਿਬ ਕਹਿ ਰਿਹਾ ਵੀ ਬਦਲਾਵ ਨਹੀਂ ਆ। ਇਸ ਸਾਰੇ ਮਸਲੇ ਸੰਬੰਧੀ ਜਦੋਂ ਵੀਡੀਓ ਭਿੱਖੀਵਿੰਡ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਵੀਡੀਓ ਮੈਡਮ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ, ਪਰ ਨਾਲ ਹੀ ਕਿਹਾ ਕਿ ਮੈਨੂੰ ਅਜੇ ਮਾਸਟਰ ਰੋਲ ਨਹੀਂ ਮਿਲਿਆ, ਇਸ ਸੰਬੰਧੀ ਪੜਤਾਲ ਕਰਵਾਈ ਜਾਵੇਗੀ।